गोली मारो एहो जै बनौटी यार दे गोली मारो एहो जै डॉक्टर दे। बच्चों नूं प्यार करना चाहिए अपने माँ बाप नूं ते माँ बाप नूं प्यार करना चाहिए अपने बच्चों। सो प्लीज़ जरूर अपने बच्चों नाल फिल्म देखने जाओ यार, मैं अपने बच्चों नाल ही फिल्म देखना आया। ਭੁੱਗੀ ਭਾਅ ਜੀ ਮੇਰੇ ਗੋਡ ਫਾਦਰ ਆ, ਉਹਨਾਂ ਨਾਲ ਮੈਂ ਰਹਿ ਕੇ ਕੰਮ ਸਿੱਖਿਆ ਔਰ ਕੰਮ ਮੈਂ ਲੱਗਾ ਰਿਹਾ ਉਹਨਾਂ ਨਾਲ ਹੀ, ਮਿਹਨਤ ਕੀਤੀ ਔਰ ਮਿਹਨਤ ਨੂੰ ਭਾਗ ਵੀ ਲੱਗੇ ਆ ਅਤੇ ਮਹਾਰਾਜ ਨੇ ਬੜਾ ਫਿਰ ਉਹ ਮੈਨੂੰ ਨਾ ਖੁਸ਼ੀ ਦਿੰਦੇ ਆ। ਬਹੁਤ ਬਹੁਤ ਮੁਬਾਰਕਾਂ, ਫਿਲਮ ਰਿਲੀਜ਼ ਹੋ ਗਈ। ਤੁਸੀਂ ਅਕਸਰ ਕਹਿੰਦੇ ਹੋ ਮੀਡੀਆ ਨੂੰ ਕਿ ਤੁਸੀਂ ਲੋਕਾਂ ਨਾਲ ਜਾ ਕੇ ਗੱਲਬਾਤ ਕਰੋ ਔਰ ਸਾਨੂੰ ਜਿਹੜੇ ਆ ਟਰੂ ਰਿਵਿਊ ਦਿਓ ਲੋਕਾਂ ਦਾ, ਤੁਸੀਂ ਰਿਸਪੌਂਸ ਦੇਖ ਹੀ ਲਿਆ, ਸੋ ਕਿਵੇਂ? ਸੱਚੀ ਯਾਰ ਬੜਾ ਅਮੇਜ਼ਿੰਗ ਸੀਗਾ, ਮਤਲਬ ਕਿ ਮੇਰੀ ਉਮੀਦ ਤੋਂ ਉੱਪਰ ਰਿਸਪੌਂਸ ਦਿੱਤਾ ਔਰ ਬਾ ਕਮਾਲ ਫਿਲਮ ਬਣੀ ਆ ਅਤੇ ਬਹੁਤ ਵਧੀਆ। ਸਾਰੇ ਐਕਟਰਾਂ ਨੇ ਕੰਮ ਕੀਤਾ, ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ। ਗੁੱਗੂ ਭਾਅ ਜੀ ਨੇ, ਤੇਜ ਭਾਅ ਜੀ ਨੇ ਔਰ ਕਰਮਜੀਤ ਭਾਅ ਜੀ ਨੇ ਹਰਿਆਣਵੀ ਕਰੈਕਟਰ ਬਹੁਤ ਵਧੀਆ ਨਿਭਾਇਆ ਔਰ ਲੋਕਾਂ ਨੇ ਹਰ ਕਰੈਕਟਰ ਨੂੰ ਬੜਾ ਪਿਆਰ ਦਿੱਤਾ। ਸੋ ਪ੍ਰੀਤੀ ਸਪਰੀ ਜੀ ਨੂੰ ਅਸੀਂ ਬਹੁਤ ਮੁਬਾਰਕਾਂ ਦਿੰਦੇ ਹਾਂ। ਸਪਰੂ ਜੀ ਨੇ ਬਹੁਤ ਵਧੀਆ ਕੰਮ ਵੀ ਕੀਤਾ ਔਰ ਡਾਇਰੈਕਸ਼ਨ ਵੀ ਬਹੁਤ ਵਧੀਆ ਸੀ, ਘੈਂਟ ਸੀਗੀ। ਸੋ ਇਸ ਫਿਲਮ 'ਚ ਇੱਕ ਬਹੁਤ ਵੱਡਾ ਮੈਸੇਜ ਆਉਂਦਾ ਵੀ ਮਾਂ ਬਾਪ ਬੱਚਿਆਂ ਬਾਰੇ ਕਿੰਨਾ ਵਰੀ ਹੁੰਦੇ ਨੇ ਔਰ ਬੱਚੇ ਵੀ ਮਾਂ ਬਾਪ ਪ੍ਰਤੀ ਕਿੰਨੇ ਵਫਾਦਾਰ ਨੇ, ਉਹਨਾਂ ਪ੍ਰਤੀ ਕਿੰਨਾ ਉਹਨਾਂ ਦਾ ਪਿਆਰ ਆ। ਸੋ ਇਹ ਫਿਲਮ 'ਚ ਇੱਕ ਬਹੁਤ ਵੱਡਾ ਮੈਸੇਜ ਆ। ਮੈਂ ਬੜੀਆਂ ਫਿਲਮਾਂ ਕੀਤੀਆਂ ਪਰ ਇਹੋ ਜਿਹਾ ਮੈਸੇਜ ਨਹੀਂ ਗਿਆ। ਸੋ ਇਸ ਕਰਕੇ ਬੱਚਿਆਂ ਨੂੰ ਪਿਆਰ ਕਰਨਾ ਚਾਹੀਦਾ ਆਪਣੇ ਮਾਂ ਬਾਪ ਨੂੰ ਅਤੇ ਮਾਂ ਬਾਪ ਨੂੰ ਪਿਆਰ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ। ਸੋ ਪਲੀਜ਼ ਜ਼ਰੂਰ ਆਪਣੇ ਬੱਚਿਆਂ ਨਾਲ ਫਿਲਮ ਦੇਖਣ ਜਾਇਓ ਯਾਰ, ਮੈਂ ਆਪਣੇ ਬੱਚਿਆਂ ਨਾਲ ਹੀ ਫਿਲਮ ਦੇਖਣ ਆਇਆ। ਸੁਖਲੀਨ ਨਾਲ, ਏਕਮ ਨਾਲ, ਸਿਮਰਨ ਨਾਲ, ਮੈਂ ਪੂਰੀ ਫੈਮਿਲੀ ਆਇਆ। ਸੋ ਥੈਂਕ ਯੂ, ਤੁਸੀਂ ਵੀ ਆਪਣੇ ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਜਾਓ ਅਤੇ ਇੰਜੋਏ ਕਰੋ, ਟੈਨਸ਼ਨਾਂ ਨੂੰ ਭਜਾਓ ਅਤੇ ਪਿਆਰ ਕਰੋ। ਲਵ ਯੂ ਆਲ। ਤੁਹਾਨੂੰ ਪੁੱਛਾਂ, ਤੁਸੀਂ ਕਿਹਾ ਕਿ ਮੈਂ ਜਿਵੇਂ ਦੇ ਕਿਰਦਾਰ ਪਲੇ ਕਰਦਾ, ਮੈਂ ਨਿੱਜੀ ਜ਼ਿੰਦਗੀ 'ਚ ਵੀ ਉਹੋ ਜਿਹਾ ਹੀ ਇਨਸਾਨ ਹਾਂ। ਜਦੋਂ ਐਜ਼ ਆ ਕਲਾਕਾਰ ਤੁਸੀਂ ਆਡੀਅੰਸ ਦਾ ਰਿਐਕਸ਼ਨ ਦੇਖਦੇ ਹੋ ਆਪਣੇ ਕਰੈਕਟਰ ਲਈ, ਤਾਂ ਸ਼ਾਇਦ ਤੁਸੀਂ ਸਾਂਝਾ ਨਹੀਂ ਕਰਦੇ ਹੋਵੋਗੇ, ਲੇਕਿਨ ਤੁਹਾਡੇ ਇਮੋਸ਼ਨਸ 'ਤੇ ਕੁਛ ਅਜਿਹੇ ਹੋਣਗੇ ਕਿ ਤੁਸੀਂ ਫੀਲ ਕਰਦੇ ਹੋ ਕਿ ਇੰਨੀ ਮੁਹੱਬਤ ਨਹੀਂ। ਇਹ ਤਾਂ ਗੱਲ ਹੈ, ਇਹ ਤਾਂ ਡੈਫੀਨੇਟਲੀ, ਮੈਂ ਜਿੰਨਾ ਮਰਜ਼ੀ ਹਾਸੇ ਮਜ਼ਾਕ 'ਚ ਗੱਲਾਂ ਗੁੱਲਾਂ ਇੱਧਰ ਕਰ ਜਾਂਦਾ, ਪਰ ਇੱਕ ਦਿਲ 'ਚ ਨਾ ਬਈ ਯਾਰ ਮੈਂ ਕਿੱਥੋਂ ਉੱਠਿਆ, ਮੈਂ ਕਿੱਧਰੋਂ ਆਇਆ, ਮੈਂ ਕਦੇ ਵੀ ਨਹੀਂ, ਜਿਹਨਾਂ ਨੂੰ ਮੈਂ ਟੀ ਵੀ ਦੇ ਦਿੰਦਾ ਹੁੰਦਾ ਸੀ ਉਹਨਾਂ ਨਾਲ ਅੱਜ ਮੈਂ ਕੰਮ ਕਰਦਾ, ਉਹ ਮੇਰੇ ਨਾਲ ਕੰਮ ਕਰਨਾ ਚਾਹੁੰਦੇ ਆ। ਇੱਕ ਸੈਕਿੰਡ ਜਾਇਓ ਨਾ, ਮੈਂ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਨਾ ਅਤੇ ਮੇਰੇ ਅੰਦਰ ਰੌਂਗਟੇ ਖੜ੍ਹੇ ਹੋ ਜਾਂਦੇ ਵੀ ਚਲੋ। ਖੈਰ ਘੁੱਗੀ ਭਾਅ ਜੀ ਮੇਰੇ ਗੋਡ ਫਾਦਰ ਆ, ਉਹਨਾਂ ਨਾਲ ਮੈਂ ਰਹਿ ਕੇ ਕੰਮ ਸਿੱਖਿਆ ਔਰ ਕੰਮ ਮੈਂ ਲੱਗਾ ਰਿਹਾ ਉਹਨਾਂ ਨਾਲ ਹੀ, ਮਿਹਨਤ ਕੀਤੀ ਔਰ ਮਿਹਨਤ ਨੂੰ ਭਾਗ ਵੀ ਲੱਗੇ ਆ ਅਤੇ ਮਹਾਰਾਜ ਨੇ ਬੜਾ ਫਿਰ ਉਹ ਮੈਨੂੰ ਨਾ ਖੁਸ਼ੀ ਦਿੰਦੇ ਆ। ਇਸ ਕਰਕੇ ਥੈਂਕ ਯੂ, ਥੈਂਕ ਯੂ ਮੈਮ, ਥੈਂਕ ਯੂ, ਥੈਂਕ ਯੂ ਕਿ ਪਲੀਜ਼ ਇਹ ਫਿਲਮ ਬਹੁਤ ਵਧੀਆ ਬਣੀ ਹੈ, ਇੱਕ ਪਰਿਵਾਰਕ ਫਿਲਮ ਹੈ ਅਤੇ ਤੁਸੀਂ ਇਹਨੂੰ ਦੇਖਣ ਜ਼ਰੂਰ ਜਾਇਓ ਅਤੇ ਅੱਜ ਪ੍ਰੀਮੀਅਰ ਆ ਅਤੇ ਪ੍ਰੀਮੀਅਰ 'ਚ ਹੀ ਤੁਹਾਨੂੰ ਪਤਾ ਲੱਗ ਜਾਣਾ ਅਤੇ ਪਲੀਜ਼ ਜਿੱਦਾਂ ਦੇ ਵੀ ਤੁਹਾਡੇ ਵਿਊ ਹੋਏ ਅਤੇ ਦੱਸਿਓ। ਸੋ ਥੈਂਕ ਯੂ, ਅਤੇ ਮੇਰੇ ਵੱਲੋਂ ਤੁਹਾਨੂੰ ਖੁੱਲ੍ਹਾ ਸੱਦਾ ਆ, ਆਪਣੇ ਨੇੜਲੇ ਘਰਾਂ ਦੇ ਲਾਗੇ ਜਿਹੜਾ ਵੀ ਤੁਹਾਡਾ ਸਿਨੇਮਾ ਘਰ ਆ ਉੱਥੇ ਜਾ ਕੇ ਜ਼ਰੂਰ ਫਿਲਮ ਦੇਖ ਕੇ ਆਇਓ। ਸੋ ਮਿਹਰਬਾਨੀ, ਥੈਂਕ ਯੂ। ਪ੍ਰੀਤੀ ਸਪਰੂ ਜੀ ਸਾਡੇ ਬਹੁਤ ਲੇਜੈਂਡ ਹੈ, ਗੁੱਗੂ ਗਿੱਲ ਜੀ, ਕਰਮਜੀਤ ਅਨਮੋਲ ਜੀ ਔਰ ਸਾਡੇ ਹੋਰ ਬੜੇ ਲੇਜੈਂਡ ਕਲਾਕਾਰ ਜਿਨ੍ਹਾਂ ਨੇ ਵਿੱਚ ਕੰਮ ਕੀਤਾ ਔਰ ਬੜੀ ਨਿਊ ਜੋੜੀ ਹੈ, ਅਖਿਲ ਜੀ ਔਰ ਰੁਬੀਨਾ ਬਾਜਵਾ ਜੀ, ਉਹਨਾਂ ਦੀ ਬੜੀ ਕਮਾਲ ਦੀ ਜੋੜੀ, ਉਹਨਾਂ ਨੇ ਬੜਾ ਵਧੀਆ ਕੰਮ ਕੀਤਾ, ਸਾਰਿਆਂ ਨੇ ਵਧੀਆ ਕੰਮ ਕੀਤਾ ਔਰ ਤੁਹਾਨੂੰ ਸਾਰਾ ਵਧੀਆ ਡਰਾਮਾ ਇੱਕ ਮਿਲੂਗਾ, ਇੱਕ ਫੈਮਿਲੀ ਪੈਕੇਜ ਮਿਲੂਗਾ ਔਰ ਤੁਸੀਂ ਨਿਰਾਸ਼ ਨਹੀਂ ਹੋਵੋਗੇ ਔਰ ਫਿਰ ਉਹਨੂੰ ਇੰਜੋਏ ਕਰੋਗੇ। ਸੋ ਥੈਂਕ ਯੂ, ਪਲੀਜ਼ ਜਾਇਓ ਜ਼ਰੂਰ ਯਾਰ, ਕੱਲ੍ਹ ਫਿਲਮ ਰਿਲੀਜ਼ ਹੋਣ ਜਾ ਰਹੀ ਆ, ਸੋ ਅੱਜ ਅਸੀਂ ਪ੍ਰੀਮੀਅਰ 'ਤੇ ਆਏ ਹਾਂ। ਸੋ ਥੈਂਕ ਯੂ।